ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਕਪੂਰਥਲੇ ਵਾਲਿਆਂ ਨਾਲ। ਤੇ ਸਾਡੀ ਗੱਲਬਾਤ ਦਾ ਅੱਜ ਜਿਹੜਾ ਵਿਸ਼ਾ ਹੈ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸ਼ਹੀਦ ਕੀ ਹੈ ਤੇ ਸ਼ਹਾਦਤ ਦੀ ਪਰੰਪਰਾ ਕੀ ਹੈ? ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖਦੇ ਆ, ਹਾਂਜੀ, ਦਾਸਰੇ ਵੱਲੋਂ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਦੀਨ ਦੁਨੀਆ ਦੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਹਾਂਜੀ, ਔਰ ਜਦੋਂ ਗੁਰੂ ਘਰ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਸ਼ਹਾਦਤ ਦੀ ਜਾਂ ਸ਼ਹੀਦ ਕੀ ਹੈ, ਹਾਂਜੀ, ਤੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚ ਦੋ ਵਾਰੀ ਸ਼ਹੀਦ ਲਫ਼ਜ਼ ਆਉਂਦਾ ਹੈ। ਪਹਿਲੀ ਵਾਰ ਸ਼ਹੀਦ ਲਫ਼ਜ਼ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਬਿਆਨ ਕਰਦੇ ਨੇ, ਜਿੱਥੇ ਮਹਾਰਾਜ ਕਹਿੰਦੇ ਨੇ ਪੀਰ ਪੈਕਾਮਰ ਸਾਲਕ ਸਾਧਕ ਸੋਧੇ ਔਰ ਸ਼ਹੀਦ। ਅਤੇ ਦੂਸਰੀ ਵਾਰ ਸਤਿਕਾਰਯੋਗ ਮਹਾਰਾਜ ਬਾਬਾ ਰਵਿਦਾਸ ਜੀ ਨੇ ਆਪਣੇ ਬਚਨਾਂ ਦੇ ਵਿੱਚ ਵਰਤਿਆ ਹੋਇਆ, ਜਾ ਕੇ ਈਦ ਬਕਰੀਦ ਕੁੱਲ ਗਊਰੇ ਬੱਧ ਕਰੇ ਮਾਨੀਏ ਸੇਖ ਸ਼ਹੀਦ ਪੀਰਾ, ਦੋ ਵਾਰੀ ਹੀ ਲਫ਼ਜ਼ ਆਇਆ। ਔਰ ਸ਼ਹੀਦ ਲਫ਼ਜ਼ ਦੋਵੇਂ ਵਾਰੀ ਇਸਲਾਮੀ ਬੋਲੀ ਦੇ ਵਿੱਚ, ਭਾਵ ਇਸਲਾਮਕ ਭਾਸ਼ਾ ਦਾ ਸ਼ਬਦ ਸਾਹਿਬ ਜੀ ਨੇ ਰੱਬੀ ਬਾਣੀ ਦੇ ਵਿੱਚ ਵਰਤਿਆ। ਸ਼ਹੀਦ ਦੇ ਅੱਖਰੀ ਅਰਥ ਤਾਂ ਹੈ ਸੱਚ ਦੀ ਗਵਾਹੀ ਦੇਣ ਵਾਲਾ। ਅੱਜ ਵੀ ਜਿਹੜੇ ਪੁਲਿਸ ਵਾਲੇ ਵੀਰ ਆ, ਜਦੋਂ ਉਹ ਆਪਣੇ ਗਵਾਹੀ 'ਤੇ ਕਿਤੇ ਜਾਣ, ਅਤੇ ਅੱਜ ਵੀ ਉਹਨਾਂ ਦੀ ਬੋਲੀ 'ਚ ਇਹੀ ਲਫ਼ਜ਼ ਵਰਤਿਆ ਜਾਂਦਾ ਵੀ ਅਸੀਂ ਸ਼ਹਾਦਤ 'ਤੇ ਚੱਲੇ ਹਾਂ, ਬਿਲਕੁਲ, ਭਾਵ ਗਵਾਹੀ 'ਤੇ ਚੱਲੇ ਹਾਂ। ਹਾਂਜੀ, ਜਦੋਂ ਇਹ ਬੋਲ ਧਰਮ ਦੀ ਦੁਨੀਆਂ 'ਚ ਆਇਆ, ਧਰਮ ਦੀ ਦੁਨੀਆਂ 'ਚ ਇਹਦੇ ਸੱਚੇ ਸੁੱਚੇ ਅਰਥ ਇਹ ਬਣ ਜਾਂਦੇ ਆ, ਸੱਚ ਦੇ ਉੱਤੇ ਅਡੋਲ ਰਹਿਣਾ, ਸੱਚ ਦੀ ਗਵਾਹੀ ਦੇਣੀ, ਉਹਦੇ ਲਈ ਭਾਵੇਂ ਆਪਣਾ ਤਨ ਜਿਹੜਾ ਉਹ ਕੁਰਬਾਨ ਕਰਨਾ ਪਏ। ਇੱਕ ਪੱਖ ਹੈ ਵੀ ਸ਼ਹੀਦੀ ਦੇ ਅਰਥ ਸੱਚ ਦੀ ਗਵਾਹੀ ਦੇਣ ਵਾਲਾ, ਅਤੇ ਦੂਜੀ ਆਪਾਂ ਗੱਲ ਕਰਦੇ ਹਾਂ ਜਦੋਂ ਸ਼ਹੀਦੀ ਦੀ ਪਰੰਪਰਾ ਜਿਹੜੀ ਸਿੱਖੀ ਧਰਮ ਵਿੱਚ ਕੀ ਆ, ਅਤੇ ਜਿੱਥੋਂ ਇਹ ਬੋਲ ਆਇਆ ਉਸ ਧਰਮ ਦੇ ਵਿੱਚ ਕੀ ਆ। ਜਦੋਂ ਅਸੀਂ ਸ਼ਹਾਦਤ ਦੇ ਪੈਰਾਮੀਟਰ ਨੂੰ ਵੇਖੀਏ, ਜਿੱਥੋਂ ਤੇ ਲਫ਼ਜ਼ ਆਇਆ ਆ ਉਸ ਧਰਮ ਦੇ ਵਿੱਚ, ਭਾਵੇਂ ਸ਼ਹੀਦੀ ਲਫ਼ਜ਼ ਬੜਾ ਪੁਰਾਣਾ ਆ ਜਾਂ ਸ਼ਹਾਦਤ ਬੜਾ ਪੁਰਾਣਾ ਆ, ਪਰ ਇਸਲਾਮ ਦੀ ਦੁਨੀਆ ਦੇ ਵਿੱਚ ਸ਼ਹੀਦੀ ਲਫ਼ਜ਼ ਦਾ ਪੈਰਾਮੀਟਰ ਬਹੁਤ ਛੋਟਾ ਜਿਹਾ ਆ। ਜਿਵੇਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਅਤੇ ਸਿੱਖ ਤਾਂ ਉਹਨਾਂ ਦੇ ਬਾਨੀ, ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦਾ ਜੰਗ ਹੁੰਦਾ ਆ, ਉਸ ਜੰਗ ਦੇ ਵਿੱਚ ਉਮੈਦ ਬਿਨ ਕਮਈਆ ਸਾਹਮਣੇ ਉਹਨਾਂ ਦੇ ਖੜੋ ਕੇ ਲੜਨ ਵਾਲਾ ਆ, ਔਰ ਉਸ ਵੇਲੇ ਉਹ ਕਿਰਪਾਨ ਦਾ ਵਾਰ ਕਰਦਾ ਆ ਅਤੇ ਮੁਹੰਮਦ ਸਾਹਿਬ ਜਿਹੜੇ ਉਹ ਜ਼ਮੀਨ 'ਤੇ ਡਿੱਗਦੇ ਨੇ। ਉਸ ਵੇਲੇ ਇੱਕ ਪਰੰਪਰਾ ਚੱਲਦੀ ਸੀ ਉਹਨਾਂ ਦੀ ਵੀ ਮੈਦਾਨੇ ਜੰਗ ਦੇ ਵਿੱਚ ਜਿਹੜਾ ਲੜਨ ਵਾਲਾ ਆ ਉਹ ਥੱਲੇ ਡਿੱਗ ਪਿਆ, ਹੋ ਸਕਦਾ ਉਹ ਜਾਣ ਕੇ ਨਾਟਕ ਕਰੇ ਆਪਣੇ ਆਪ 'ਚ ਵੀ ਮੈਂ ਮਰਿਆ ਹੋਇਆ, ਮੈਨੂੰ ਦੁਸ਼ਮਣ ਮਰਿਆ ਸਮਝ ਕੇ ਛੱਡ ਦੇ। ਫਿਰ ਜਿਹੜਾ ਦੂਜਾ ਦੁਸ਼ਮਣ ਹੁੰਦਾ, ਦੂਜੀ ਪਾਰਟੀ ਹੁੰਦੀ, ਉਹ ਉਹਦਾ ਦੰਦ ਤੋੜ ਕੇ ਵੇਖਦੇ ਵੀ ਜੇ ਇਹ ਜਿਉਂਦਾ ਹੋਏਗਾ, ਦੰਦ ਟੁੱਟੇਗਾ ਤੇ ਹਿੱਲੇਗਾ ਜ਼ਰੂਰ। ਜਦੋਂ ਦੰਦ ਟੁੱਟਣ ਦੀ ਗੱਲ ਆਈ ਤੇ ਵਾਰਸ ਸ਼ਾਹ ਆਪਣੀ ਰਚਨਾ ਦੇ ਵਿੱਚ ਇਸ ਗੱਲ ਦੀ ਗੱਲ ਲਿਖਦਾ, ਉਹ ਸ਼ਹੀਦੀ ਦੀ ਪਰੰਪਰਾ ਕੀ ਆਪਾਂ ਗੱਲ ਕਰ ਰਹੇ ਹਾਂ, ਉਹ ਕਹਿੰਦਾ ਆ ਕਿ ਇਹ ਜਿਹੜਾ ਦੰਦ ਟੁੱਟਣਾ ਉਹ ਮੁਹੰਮਦ ਸਾਹਿਬ ਦੇ ਦੰਦ ਟੁੱਟਣ ਨੂੰ ਵੀ ਸ਼ਹੀਦ ਕਹਿੰਦਾ ਆ, ਕਿ ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਏ, ਉਹ ਇੱਕ ਦੰਦ ਦੇ ਟੁੱਟਣ ਨੂੰ ਵੀ ਸ਼ਹੀਦ ਕਹਿੰਦਾ ਆ। ਹੁਣ ਉਹਨਾਂ ਦੇ ਧਰਮ ਦੇ ਵਿੱਚ ਸ਼ਹੀਦੀ ਦਾ ਪੈਰਾਮੀਟਰ ਬੜਾ ਛੋਟਾ ਜਿਹਾ ਆ, ਬਿਲਕੁਲ, ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ 'ਚ ਵੇਖਦੇ ਆ, ਇੱਥੇ ਉਂਗਲ ਨੂੰ ਵੱਢ ਜਾਣਾ ਸ਼ਹੀਦ ਨਹੀਂ ਕਿਹਾ, ਇੱਥੇ ਸਰੀਰ ਦਾ ਕੋਈ ਅੰਗ ਕੱਟਿਆ ਜਾਣਾ ਸ਼ਹੀਦ ਨਹੀਂ ਆ, ਇੱਥੇ ਬਲਕਿ ਤਨ ਨੂੰ ਇੰਨੇ ਕੁ ਤਸੀਹੇ ਦੇਣੇ, ਹਰ ਇੱਕ ਜ਼ੋਰ ਲੱਗ ਜਾਣਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਸਰੀਰ ਨੂੰ ਇੰਨੇ ਕੁ ਤਸੀਹੇ ਦਿਓ ਅਖੀਰ ਇਹ ਮੰਨ ਜਾਏ। ਜਿਵੇਂ ਅਸੀਂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਆਖਦੇ ਹਾਂ, ਪਰ ਸੱਚੇ ਪਾਤਸ਼ਾਹ ਤੋਂ ਪਹਿਲਾਂ ਜਾਂ ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਬੜੇ ਸ਼ਹੀਦ ਹੋਏ ਇਹਦੇ ਵਿੱਚ, ਹੋਰ ਧਰਮਾਂ ਦੇ ਵਿੱਚ ਈਸਾ ਜੀ ਦੀ ਸ਼ਹਾਦਤ ਆ, ਜਾਂ ਕਹੀਏ ਵੀ ਜਿਹੜੇ ਫਕੀਰ ਲੋਕ ਹੋਏ ਆ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਉਹ ਲੋਕ ਜਿਨ੍ਹਾਂ ਸ਼ਹੀਦੀਆਂ ਦਿੱਤੀਆਂ ਆਪਣੇ ਧਰਮ ਲਈ, ਕਰਮ ਲਈ, ਸੱਚ ਲਈ,
पर उन्हां वास्ते इक्को ही रस्ता सी, सिर्फ ये सी भी मौत कबूल करो। दूजा दरवाजा नहीं सी खुलिया भी तुहानू जिंदगी बख्शी जा सकती है तां जे तुसी साडी गल मन्नो। पर इत्थे जे मंसूर नू सूली चाढ़िया जांदा तां चाढ़िया जांदा है, जे इत्थे किसे नू जहर दा प्याला दिता जांदा ते दिता जांदा, उहदे लई जीण दा कोई हक नहीं। पर सिख धर्म की जदों गल करदे गुरु अर्जन देव साहब नू कल्ला ये नहीं कहा गया भी तुहानू तत्ती तवी ते बिठावांगे, तुहानू शहीद करांगे जां संसारी बोल कहीए भी मौत देंगे, पर नाल ये कहा भी एक राह है तुहाडी जान बख्शी जा सकती आ जे तुसी इस्लाम कबूल करो। हुण उत्थे शहीदी की परंपरा किन्नी क वड्डी हो गई भी मेरे तन दा ठीकरा बेशक भांदे हो ना, तो मैनू जिंदगी की लोड़ आ, मैं उस सच ते खड़ोता आ जिहड़ा सच मैं प्रचार रहा है। इसलिए शहीद है सच की गवाही देण वाला। तो शहीदी की परंपरा होर धर्मां च छोटी होवे वड्डी होवे, पर जदों गुरु नानक साहब के घर की गल आउंदी है, मालक के घर नूं सदा ही वार वार नमस्कार आ कि उन्हें जिंदगी जीवन का पक्ष छड के सच के उत्ते पहरा दिता, उहदे बदले भावें तन जिहड़ा कुरबान करवाउणा पिया। बिल्कुल, बहुत ही वधिया तुसीं दस्सिया जिवें शहीद की है ते शहीदी दी परंपरा की है। गुरु तेग बहादुर साहब जी दी शहीदी दी गल असीं कर रहे हां, गुरु तेग बहादुर साहब नूं हिंद दी चादर या धर्म दी चादर कहा जांदा है जी, इहदा की कारण है? भैण जी पहली गल तो यह है भी गुरु तेग बहादुर साहब लई शब्द ये दोनों ही गलत है, ना वह हिंद की चादर है ना वह धर्म की चादर है। उहदा कारण की है? हाँ जी, जे असीं हिंद की चादर वेखीए, हिंद की चादर भाव हिंदुस्तान की, हाँ जी, की गुरु तेग बहादुर साहब सच्चे पातशाह कल्ले हिंदुस्तान दे? गुरु कल्ला एक मजहब एक जात एक धर्म का नहीं हुंदा, हाँ जी, गुरु समुची मानवता का हुंदा है। बिल्कुल, अज भी जदों असीं गुरु ग्रंथ साहब की गल करदे तां असीं कहिंदे आ मनुखता दे रहिबर, हाँ जी, इस बाणी नूं भावें कोई अज इस्लामी बंदा पढ़ लै, इनू कोई गोरा पढ़ लै, इनू कोई काला पढ़ लै, इनू किसी धर्म नाल जुड़िया पढ़ लै, गुरु ग्रंथ साहिब जिन्ना प्रकाश सिखां नू बख्श रहे, ज्ञान बख्श रहे, उन्ना ही ज्ञान वो किसी दूसरे नू बख्शणगे। वह मनुखता दे गुरु आ। हुण जे शब्द गुरु मनुखता दा गुरु आ ते जदों शरीर विच महाराज ने वह भी मनुखता दे गुरु आ। जिहड़ा हिंदुस्तान लई शहीद होण वाला आ उहनूं दूजा देश शहीद नहीं कहिंदा। सुभाविक तौर ते साडी फौज दे विच शहीद हो जाते फौजी सिपाही, हाँ जी, उन्हें मुसलमान थोड़ा शहीद कहेगा जी, जानू कहिए भी पाकिस्तान शहीद कहे, वो नहीं शहीद कहेगा, वो कहेगा असी मार दिता। धन गुरु तेग बहादुर महाराज ना तो हिंद की चादर आ क्योंकि कल हिंदुस्तान वास्ते नहीं, हाँ जी, धर्म की गल आउंदी आ तो वह एक धर्म लई नहीं, हाँ जी, उन्हां कोल मैं कहां मुसलमान भी चल के आउंदे ते महाराज उन्ना ही सत्कार उन्हां नूं दिंदे जिन्ना हजूर ने हिंदुआं नूं बख्शिया। बिल्कुल, इसलिए यह लफज कुछ शैतान लोगों की बिरती जिहड़ी उन्होंने ये लफ्ज बदले, तुसी पुरातन इतिहास पढ़ो उहदे विच सतगुरु लई लफज ये वरत्या जांदा आ कि तेग बहादुर सृष्ट की चादर। बिल्कुल, वह लिखती रूप दे विच आ प्रगट भए गुरु तेग बहादुर सगल सृष्ट भै टाकी चादर। महाराज कल्ले हिंद की जां धर्म की चादर नहीं, वह पूरी सृष्टि की चादर आ। अज भी मैं बेनती करांगा भी जिन्हें भी संगत सुनती होवे साडियां रसना ते ये लफ्ज रहे कि तेग बहादुर सृष्ट की चादर, वह कल्ले हिंद जां धर्म की नहीं बल्कि वह सृष्टि की चादर आ, उन्हां सारी कायनात नूं अपने चादर की बुकल दे विच लुको के रखे। बड़ी वधिया गल तुसीं दसी, जिवें कि साडे बच्चों स्कूल विच पढ़ाया भी जाता है तो उत्थे भी यही गल रिपीट की जाती है कि हिंद की चादर गुरु तेग बहादुर, पर जे असी अपना साहित्य पढ़िया होएगा तो ही असी ठोक के गल कह सकांगे कि गुरु तेग बहादुर केवल हिंद की चादर नहीं सी सृष्ट की चादर सी। फिर गुरु तेग बहादुर साहब की शहादत की अगर जदों असी गल करते हैं तो गुरु तेग बहादुर साहब जी ने केवल हिंदू धर्म की रक्षा के लिए जी शहादत दी सी या कुछ होर कारण से? इहदा कारण भैन जी जदों इतिहास नूं असीं बड़ी गौह दे नाल वाचदे आं, हाँ जी, ते आपां जिवें गल कीती आ गुरु तेग बहादुर साहिब ऐसे गुरुदेव आ असीं दुनिया नूं इह दस ही नहीं सके भी मनुखी हक्कां दी खातर, हाँ जी, गुरु तेग बहादुर महाराज जी की शहादत आ। कलगीधर महाराज खुद अपनी रचना च एक गल लिखदे आ भी तिलक जंजू राखा प्रभ ताक कीनो बड़ो कलू मैं साका, साथन हेत इति जिन करी सीस दिया पर सी ना उचरी। फिर कहिंदे ने धर्म हेत साका जिन की आ सीस दिया पर सिरर ना दिया। हुण सिरर की आ? सिरर आ इक दृढ़ता।
ਅੰਦਾਜ਼ਾ ਇੱਕ ਇਸ ਤਰੀਕੇ ਦਾ ਲਾਓ ਵੀ ਇੱਕ ਪਾਸੇ ਕੇਵਲ ਇੱਕ ਸਰੀਰ ਰੂਪ 'ਚ ਗੁਰੂ ਤੇਗ ਬਹਾਦਰ ਮਹਾਰਾਜ ਹੈ, ਹਾਂਜੀ, ਉਹਨਾਂ ਦੀ ਬੈਕ ਉਹਨਾਂ ਦੇ ਪਿਛਲੇ ਪਾਸੇ ਪੂਰਾ ਹਿੰਦੂ ਧਰਮ ਖੜੋਤਾ ਹੋਇਆ, ਹਾਂਜੀ, ਕੇਵਲ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਪਰਿਵਰਤਨ ਕਰਨਾ ਉਹਨਾਂ ਨੇ ਅਤੇ ਸਾਰੇ ਹਿੰਦੂਆਂ ਨੇ ਆਪੇ ਮੁਸਲਮਾਨ ਬਣ ਜਾਣਾ। ਮੁਸਲਮਾਨ ਹੁਣ ਗੱਲ ਇੱਥੇ ਇੱਕ ਧਰਮ ਦੀ ਨਹੀਂ ਚੱਲ ਰਹੀ, ਗੱਲ ਹੈ ਮਨੁੱਖੀ ਹੱਕਾਂ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦਾ ਅਸਲ ਵਿੱਚ ਸਿਧਾਂਤ ਇਹ ਆ ਜਿਹੜੀ ਗੱਲ ਆਪਾਂ ਕਰ ਆਏ ਹਾਂ ਵੀ ਸ਼ਹਾਦਤ ਕੀ ਆ। ਸ਼ਹਾਦਤ ਇਕੱਲਾ ਸਰੀਰ ਦੇ ਮਰ ਜਾਣ ਨੂੰ ਹੀ ਨਹੀਂ ਕਹਿੰਦੇ, ਗੁਰੂ ਨਾਨਕ ਸਾਹਿਬ ਨੇ ਵੀ ਸ਼ਹਾਦਤ ਦੀ ਗੱਲ ਕੀਤੀ ਹੈ। ਜਿੱਥੇ ਉਹ ਗੱਲ ਕਹਿੰਦੇ ਆ ਵੀ ਬਾਬਰ ਤੂੰ ਬਾਬਰ ਨਹੀਂ, ਹਾਂਜੀ, ਤੂੰ ਜਾਬਰ ਹੈ, ਜਾਬਰ, ਇਹਨੂੰ ਅਸੀਂ ਸ਼ਹਾਦਤ ਹੀ ਕਹਾਂਗੇ। ਬਿਲਕੁਲ, ਜੇ ਗੁਰੂ ਅੰਗਦ ਸਾਹਿਬ ਨੇ ਇਹ ਕਹਿ ਦੇਣਾ ਵੀ ਹਮਾਯੂ ਤੇਰੀ ਤਲਵਾਰ ਮੇਰੇ ਤੇ ਉੱਠ ਗਈ, ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ, ਹਾਂ, ਜਿੱਥੇ ਤਲਵਾਰ ਚੱਲਣੀ ਚਾਹੀਦੀ ਉੱਥੇ ਕਿਉਂ ਨਹੀਂ ਚੱਲੀ। ਬਿਲਕੁਲ, ਜੇ ਅਸੀਂ ਕਹੀਏ ਵੀ ਇਕੱਲੇ ਇੱਕ ਧਰਮ ਲਈ ਮਹਾਰਾਜ ਖੜੋਤੇ ਤੇ ਮੇਰਾ ਖਿਆਲ ਕਹਿਣਾ ਵੀ ਇਹ ਕੁਥਾਂ ਹੋਏਗਾ, ਇਹ ਗੱਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਖਾਤਰ ਆਪਣੇ ਤਨ ਦਾ ਠੀਕਰਾ ਭੰਨਿਆ। ਬਿਲਕੁਲ, ਹਾਂ, ਉਹ ਮਨੁੱਖੀ ਹੱਕ ਸੀ ਉਹਨਾਂ ਦੇ, ਇਹਨੂੰ ਹੋਰ ਸੌਖਾ ਅਸੀਂ ਵਾਚਣਾ ਹੋਵੇ। ਪਹਿਲਾ ਜਾਮਾ ਐਸਾ ਆ ਮਹਾਰਾਜ ਗੁਰੂ ਨਾਨਕ ਸਾਹਿਬ ਦਾ, ਉੱਥੇ ਹੁਣ ਗੱਲ ਇਕੱਲੀ ਜਨੇਊ ਪਾਉਣ ਦੀ ਨਹੀਂ ਆ, ਹਾਂਜੀ, ਉੱਥੇ ਮਹਾਰਾਜ ਕਹਿੰਦੇ ਮੈਨੂੰ ਗਿਆਨ ਦਾ ਜਨੇਊ ਦੇ, ਹਈ ਤਾਂ ਪਾਂਡੇ ਕੱਤ, ਜੇ ਹੈ ਤੇ ਮੈਂ ਪਾਉਣ ਨੂੰ ਤਿਆਰ ਆ। ਬਿਲਕੁਲ, ਪਰ ਉਹ ਜਨੇਊ ਤੇਰੇ ਕੋਲ ਨਹੀਂ ਜਿਹੜਾ ਜਨੇਊ ਮੈਂ ਮੰਗ ਰਿਹਾ। ਪਹਿਲੇ ਜਾਮੇ ਚ ਜਨੇਊ ਪਾਇਆ ਨਹੀਂ ਜਾ ਰਿਹਾ, ਹਾਂਜੀ, ਕਿਉਂਕਿ ਤੱਕਾ ਨਹੀਂ ਹੋ ਸਕਦਾ। ਬਿਲਕੁਲ, ਹੁਣ ਨੌਵੇਂ ਜਾਮੇ ਚ ਧੱਕੇ ਨਾਲ ਲਾਇਆ ਜਾ ਰਿਹਾ, ਲਾਇਆ ਜਾ ਰਿਹਾ। ਗੱਲ ਉਹਦੇ ਵਿੱਚ ਹੀ ਵੇਖੋ ਵੀ ਮਨੁੱਖੀ ਹੱਕਾਂ ਦਾ ਪੱਖ ਆ ਇੱਕ, ਵੀ ਹਰ ਇੱਕ ਬੰਦੇ ਨੂੰ ਜਿਉਣ ਦਾ ਅਧਿਕਾਰ ਆ, ਜਿਉਣ ਦੀ ਇਜਾਜ਼ਤ ਆ, ਉਹ ਆਪਣੀ ਮੌਜ ਵਿੱਚ ਆਪਣੇ ਖਿਆਲਾਂ ਦੇ ਵਿੱਚ ਜੀਏ, ਉਹ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਆ। ਮਹਾਰਾਜ ਦੇ ਘਰ ਨੇ ਤੇ ਏਡੀ ਫਰਾਖ ਦਿਲੀ ਗੱਲ ਕਹੀ ਵੀ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਵੇਦ ਕਤੇਬ ਨਹੀਂ ਝੂਠ ਬੋਲਦੇ, ਝੂਠਾ ਤੇ ਉਹ ਆ ਜਿਹਨੇ ਇਹਨਾਂ ਨੂੰ ਅਜੇ ਤੱਕ ਵਿਚਾਰਿਆ ਨੇ। ਕਿਤੇ ਮਹਾਰਾਜ ਕਹਿੰਦੇ ਆ ਵੀ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਇਸ ਲਈ ਜ਼ਰੂਰੀ ਹੈ ਮਨੁੱਖੀ ਹੱਕਾਂ ਦੀ ਖਾਤਰ ਸਾਹਿਬ ਨੇ ਸ਼ਹਾਦਤ ਦਿੱਤੀ। ਨਾਲ ਹੀ ਇਹ ਕਹਾਂ ਮਨੁੱਖੀ ਹੱਕ ਤਾਂ ਹੈ ਹੀ ਹੈ, ਪਰ ਉਸ ਧਰਮ ਨੂੰ ਵੀ ਇਹ ਚੇਤੇ ਰੱਖਣਾ ਚਾਹੀਦਾ ਵੀ ਅੱਜ ਸਾਡੀ ਹੋਂਦ ਹੈ ਤੇ ਕੇਵਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ। ਸਤਿਗੁਰੂ ਕਿਰਪਾ ਸਦਕਾ ਇੱਕ ਵਿਦਵਾਨ ਦਾ ਮੈਨੂੰ ਬੜਾ ਪਿਆਰਾ ਬੋਲ ਚੇਤੇ ਆਇਆ, ਉਹ ਲਿਖਦਾ ਹੈ ਵੀ ਯੇ ਤਿਲਕ ਔਰ ਜੰਜੂ ਕਾਇਮ ਹੈ, ਇੱਕ ਰਹਿਮ ਤੇ ਕਾਦਰ ਕਾ ਸਦਕਾ, ਯੇ ਪੱਤ ਔਰ ਪਰਦੇ ਕਾਇਮ ਹੈ, ਇੱਕ ਪਰਵਦਗਾਰ ਕਾ ਸਦਕਾ, ਕੋਈ ਮਾਨੇ ਜਾਂ ਨਾ ਮਾਨੇ, ਯੇ ਦਿੱਲੀ ਅਬ ਤੱਕ ਬੋਲ ਰਹੀ, ਮੰਦਰੋਂ ਕੇ ਝੰਡੇ ਝੂਲ ਰਹੇ, ਗੁਰੂ ਤੇਗ ਬਹਾਦਰ ਕਾ ਸਦਕਾ। ਵੀ ਮੰਦਰਾਂ ਦੀਆਂ ਜੋਤਾਂ ਵਿੱਚ ਘਿਓ ਨਹੀਂ ਬਲਦਾ, ਬਲਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਬਲ ਰਿਹਾ। ਬਿਲਕੁਲ, ਇਸ ਲਈ ਇਹ ਜ਼ਰੂਰੀ ਅਸੀਂ ਸਮਝ ਲਈਏ ਸਾਰੇ ਜਣੇ, ਮਨੁੱਖੀ ਹੱਕਾਂ ਦੀ ਖਾਤਰ ਗੁਰੂ ਦੇਵ ਨੇ ਸਾਨੂੰ ਆਵਾਜ਼ ਉਠਾਉਣ ਲਈ ਪ੍ਰੇਰਿਆ ਤੇ ਅਸੀਂ ਉਹਨਾਂ ਦੇ ਇਹ ਪਾਏ ਹੋਏ ਨਕਸ਼ੇ ਕਦਮਾਂ 'ਤੇ ਜ਼ਰੂਰ ਚੱਲੀਏ ਜੀ। ਬਹੁਤ ਹੀ ਵਧੀਆ, ਜਿਵੇਂ ਤੁਸੀਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਹੱਕਾਂ ਦੀ ਰਾਖੀ ਦੇ ਲਈ ਜਿਹੜੀ ਇਹ ਕੁਰਬਾਨੀ ਦਿੱਤੀ ਸੀ ਜੀ। ਤੇ ਜਿੱਥੇ ਅਸੀਂ ਹਿੰਦੂ ਧਰਮ ਦਾ ਜ਼ਿਕਰ ਆਉਂਦਾ ਹੈ, ਉਸ ਸਮੇਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਫਰਿਆਦ ਕੀਤੀ ਸੀ, ਪਰ ਕਸ਼ਮੀਰੀ ਪੰਡਿਤਾਂ 'ਤੇ ਹੀ ਇਹ ਤਸ਼ੱਦਦ ਔਰੰਗਜ਼ੇਬ ਵੱਲੋਂ ਹੋ ਰਿਹਾ ਸੀ ਜਾਂ ਸਾਰੇ ਸੰਸਾਰ ਦੇ ਵਿੱਚ ਇਹ ਤਸ਼ੱਦਦ ਹੋ ਰਿਹਾ ਸੀ ਉਸ ਸਮੇਂ? ਭੈਣ ਜੀ, ਜਿਹੜਾ ਰਾਜਨੀਤਿਕ ਬੰਦਾ ਵਕਤ ਦਾ ਸਿਆਣਾ ਰਾਜਨੀਤਿਕ ਹੋਵੇ, ਹਾਂਜੀ, ਹੁਣ ਉਹਦਾ ਕਰਮ ਇਹ ਸੀ ਔਰੰਗਜ਼ੇਬ ਦਾ ਕਿ ਜਿਵੇਂ ਮਰਜ਼ੀ ਹੋ ਜਾਏ ਹਰ ਇੱਕ ਗੈਰ ਰਹਿਣ ਵਾਲਾ ਬੰਦਾ ਜਿਹੜਾ ਗੈਰ ਮੁਸਲਮਾਨ ਆ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ, ਉਹਨਾਂ 'ਤੇ ਐਸਾ ਤਸ਼ੱਦਦ ਕਰੋ ਵੀ ਇਹ ਦੇਸ਼ ਜਿਹੜਾ ਇਹ ਪੂਰਾ ਇਸਲਾਮ ਦੇ ਨਾਲ ਜੁੜਿਆ ਹੋਵੇ, ਇਹਨੂੰ ਲੋਕ ਇਸਲਾਮੀ ਦੇਸ਼ ਕਹਿਣ, ਅਤੇ ਉਹਨੇ ਬਾਕੀ ਹੋਰ ਲੋਕਾਂ 'ਤੇ ਵੀ ਤਸ਼ੱਦਦ ਕਰਕੇ ਉਹਨੇ ਆਪਣੇ ਨਾਲ ਢਾ ਲਿਆ। ਪਰ ਅਖੀਰ ਉਹ ਇਸ ਗੱਲ 'ਤੇ ਉਹਦੇ ਵਿਦਵਾਨ ਉਹਨੂੰ ਇਸ ਗੱਲ 'ਤੇ ਲੈ ਕੇ ਆਉਂਦੇ ਆ ਕਿ ਇੱਕ ਇੱਕ ਪਰਿਵਾਰ ਨੂੰ ਜਾਂ ਇੱਕ ਇੱਕ ਬੰਦੇ ਦਾ ਧਰਮ ਚੇਂਜ ਕਰਨਾ ਬੜਾ ਔਖਾ ਹੈ। ਅਸਲ ਦੇ ਵਿੱਚ ਕਸ਼ਮੀਰ ਦੀਆਂ ਪਹਾੜੀਆਂ ਹੀ ਉੱਚੀਆਂ ਨਹੀਂ, ਕਸ਼ਮੀਰ ਦਾ ਇਲਾਕਾ ਇੱਕ ਐਸਾ ਇਲਾਕਾ ਆ ਜਿੱਥੇ ਉਸ ਵੇਲੇ ਵਿਦਵਾਨ ਪੁਰਸ਼ ਵੱਸਦੇ ਆ। ਧੰਨ ਗੁਰੂ ਨਾਨਕ ਸਾਹਿਬ ਦੀ ਜਦੋਂ ਇਤਿਹਾਸ ਦੀ ਸਾਖੀ ਪੜ੍ਹੋ ਨਾ, ਹਾਂਜੀ, ਜਿੱਥੇ ਮਹਾਰਾਜ ਸ਼ਬਦ ਉਚਾਰਦੇ ਆ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਬ੍ਰਹਮਦਾਸ ਨਾਂ ਦਾ ਇੱਕ ਵਿਦਵਾਨ ਪੰਡਿਤ ਕਸ਼ਮੀਰ ਦੀ ਧਰਤੀ ਦਾ ਇੱਕ ਕਸਬਾ ਆ ਮਟਨ, ਉਸ ਧਰਤੀ 'ਤੇ ਮਹਾਰਾਜ ਨੂੰ ਮਿਲਦਾ।
ਉਹ ਇੱਕ ਲਿਖਾਇਕ ਆ ਵੀ ਉਹ ਇਲਾਕਾ ਵਿਦਵਾਨਾਂ ਨਾਲ ਭਰਪੂਰ ਆ ਤੇ ਵਿਦਵਾਨ ਲੋਕ ਜੋ ਸਟੇਜ ਤੇ ਬਹਿ ਕੇ ਕਹਿੰਦੇ ਨੇ ਹਾਂਜੀ ਅਕਸਰ ਲੋਕ ਉਸ ਚੀਜ਼ ਨੂੰ ਛੇਤੀ ਫੋਲੋ ਫੋਲੋ ਕਰਦੇ ਨੇ ਬਿਲਕੁਲ ਇਸ ਲਈ ਉਹਦਾ ਧਿਆਨ ਹੀ ਕਸ਼ਮੀਰ ਦੀਆਂ ਉਹਨਾਂ ਚੋਟੀਆਂ ਤੇ ਗਿਆ ਜਿੱਥੇ ਕਸ਼ਮੀਰੀ ਪੰਡਿਤ ਵੱਸਦੇ ਉਹ ਵਿਦਵਾਨ ਆ ਬਹੁਤ ਪੜ੍ਹੇ ਲਿਖੇ ਆਲਾ ਦਰਜੇ ਦੇ ਵਿਦਵਾਨ ਆ ਔਰ ਆਲਮ ਫਾਜ਼ਲ ਲੋਕ ਨੇ ਇਹਨਾਂ ਦਾ ਧਰਮ ਪਰਿਵਰਤਨ ਕਰ ਦਿਓ ਇਹਨਾਂ ਨੂੰ ਸੁਣਨ ਵਾਲਿਆਂ ਦਾ ਹੌਲੀ ਹੌਲੀ ਆਪੇ ਧਰਮ ਆਪਣੇ ਆਪ ਧਰਮ ਪਰਿਵਰਤਨ ਹੋ ਜਾਏਗਾ ਇਸ ਲਈ ਉਹਦਾ ਧਿਆਨ ਜਿਹੜਾ ਉਹ ਕਸ਼ਮੀਰੀ ਪੰਡਤਾਂ ਤੇ ਗਿਆ ਬਾਕੀ ਵੀ ਉਹਨੇ ਤਸ਼ੱਦਦ ਤੇ ਕੀਤਾ ਪਰ ਬਹੁਤਾਤ ਪੱਖ ਉਹਦਾ ਜਿਹੜਾ ਉਹ ਕਸ਼ਮੀਰੀ ਪੰਡਤਾਂ ਵਾਲੇ ਪਾਸੇ ਧਿਆਨ ਰਿਹਾ ਜੀ ਬਹੁਤ ਹੀ ਵਧੀਆ ਜਿਵੇਂ ਕਸ਼ਮੀਰੀ ਪੰਡਤਾਂ ਦੀ ਜੇ ਗੱਲ ਚੱਲ ਰਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਹੀ ਆਏ ਸੀ ਜਾਂ ਫਿਰ ਕਿਸੇ ਹੋਰ ਧਰਮ ਦੇ ਗੁਰੂ ਕੋਲ ਵੀ ਗਏ ਸੀ ਪੰਡਤ ਉਹਨਾਂ ਦੇ ਇਤਿਹਾਸ ਦਾ ਇਹ ਜ਼ਿਕਰ ਤੇ ਜ਼ਰੂਰ ਆਉਂਦਾ ਆ ਜੀ ਵੀ ਉਹਨਾਂ ਨੇ ਉਸ ਵੇਲੇ ਹਾਂ ਸਰੀਰ ਵਿੱਚ ਵੱਸਦੇ ਹੋਏ ਤੇ ਕਿਸੇ ਕੋਲ ਨਹੀਂ ਗਏ ਹਾਂਜੀ ਹਾਂ ਆਪਣੇ ਉਹਨਾਂ ਨੇ ਰਿਸ਼ੀਆਂ ਮੁਨੀਆਂ ਕੋਲ ਪੁਕਾਰ ਜ਼ਰੂਰ ਕਰਕੇ ਵੇਖ ਲਈ ਪਰ ਐਸਾ ਕੋਈ ਮਰਦੇ ਮੁਜ਼ਾਹਿਦ ਹੈ ਹੀ ਨਹੀਂ ਸੀ ਹਾਂਜੀ ਜਿਹੜਾ ਇੰਨੀ ਉੱਚੀ ਸੱਚ ਦੀ ਆਵਾਜ਼ ਦੇ ਦੇ ਬਿਲਕੁਲ ਉਹਨਾਂ ਮੰਦਰਾਂ ਦੀਆਂ ਟੱਲੀਆਂ ਵੀ ਜ਼ਰੂਰ ਖੜਕਾਈਆਂ ਬੜੀ ਪੂਜਾ ਭਗਤੀ ਜੋ ਕਰ ਸਕਦੇ ਸੀ ਉਹਨਾਂ ਕੀਤਾ ਪਰ ਉਸ ਵੇਲੇ ਇਹ ਗੱਲ ਫੈਲਦਿਆਂ ਫੈਲਦਿਆਂ ਇਸ ਥਾਂ ਤੇ ਆਈ ਜਦੋਂ ਕਸ਼ਮੀਰੀ ਪੰਡਿਤ 6 ਮਹੀਨਿਆਂ ਦਾ ਸਮਾਂ ਮੰਗਦੇ ਆ ਹਾਂਜੀ ਵੀ ਸਾਨੂੰ ਸਮਾਂ ਦਿੱਤਾ ਜਾਏ ਅਸੀਂ ਆਪਣਾ ਫੈਸਲਾ ਦੱਸਾਂਗੇ ਹਾਂਜੀ ਜਦੋਂ ਉਹਨਾਂ ਅਖੀਰ ਵੇਖ ਲਿਆ ਵੀ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਹਾਂਜੀ ਪਰ ਜਿਹੜਾ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਨੂੰ ਮਟਨ ਮਿਲਦਾ ਹੈ ਹਾਂਜੀ ਉਹਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਮਝ ਲਿਆ ਜਾਂ ਸੌਖੇ ਬੋਲਾਂ 'ਚ ਕਹਿ ਲਈਏ ਜੀ ਉਹਨੇ ਹਜ਼ੂਰ ਦੀ ਸਿੱਖੀ ਧਾਰਨ ਕਰ ਲਈ ਬਿਲਕੁਲ ਬ੍ਰਹਮਦਾਸ ਜਿਹੜਾ ਆ ਉਹ ਵੀ ਕਸ਼ਮੀਰ ਦਾ ਰਹਿਣ ਵਾਲਾ ਹੈ ਹਾਂਜੀ ਬ੍ਰਹਮਦਾਸ ਦਾ ਅੱਗੇ ਪੁੱਤਰ ਦਾ ਜ਼ਿਕਰ ਆਉਂਦਾ ਜੀ ਚਤੁਰਦਾਸ ਹਾਂਜੀ ਅੱਗੇ ਉਹਦਾ ਪੁੱਤਰ ਆ ਜੀ ਅੜੂ ਰਾਮ ਅੜੂ ਰਾਮ ਦਾ ਅੱਗੇ ਪੁੱਤਰ ਆ ਕਿਰਪਾ ਰਾਮ ਹਾਂਜੀ ਇਸ ਪਰਿਵਾਰ ਦੇ ਵਿੱਚ ਸਿੱਖੀ ਦੀ ਜੋਤ ਬਲਦੀ ਆ ਸਿੱਖੀ ਦੀ ਪਰੰਪਰਾ ਆ ਸਿੱਖੀ ਦਾ ਗਿਆਨ ਆ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖੀ ਔਰ ਇਹਨਾਂ ਨੂੰ ਇਹ ਜੀਣਾ ਜ਼ਰੂਰ ਆਇਆ ਵੀ ਸੰਸਾਰ ਦੇ ਵਿੱਚ ਜੀਵਨ ਜੀਣਾ ਕਿਹਨੂੰ ਕਹਿੰਦੇ ਜਦੋਂ ਇਹ ਗੱਲ ਫੈਲਦੇ ਆ ਕਿਰਪਾ ਰਾਮ ਜੀ ਤਾਂ ਕੱਪੜੀ ਫਿਰ ਕਹਿੰਦੇ ਨੇ ਸਾਡੀ ਬਾਂਹ ਫੜਨ ਵਾਲਾ ਸਾਡੇ ਇਸ ਧਰਮ ਦੀ ਗੱਲ ਦਾ ਹੱਲ ਕਰਨ ਵਾਲਾ ਇੱਕੋ ਹੀ ਰਹਿਬਰ ਹੈ ਉਹ ਗੁਰੂ ਨਾਨਕ ਸਾਹਿਬ ਦਾ ਘਰ ਫਿਰ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਹਾਂਜੀ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਉਂਦੇ ਆ ਇਤਿਹਾਸ ਅੱਜ ਵੀ ਗਵਾਹੀਆਂ ਦਿੰਦਾ ਹੈ ਵੀ ਉਹਨਾਂ ਉਸ ਵੇਲੇ ਬਹੁਤ ਹਿੰਮਤ ਮਾਰੀ ਬਹੁਤ ਕੁਝ ਕੀਤਾ ਬੜੀਆਂ ਪੂਜਾ ਪਾਠ ਜੋ ਕੁਛ ਕਰ ਸਕਦੇ ਸੀ ਉਹਨਾਂ ਕੀਤਾ ਪਰ ਸੱਚ ਉਹਨਾਂ ਦੇ ਸਾਹਮਣੇ ਖੜੋ ਕੇ ਕੋਈ ਨਹੀਂ ਆਇਆ ਇਸ ਇਤਿਹਾਸ ਤੋਂ ਇੱਕ ਸਾਖੀ ਜਾਂ ਸਿੱਖਿਆ ਸਾਨੂੰ ਬੜੀ ਵਧੀਆ ਭੈਣ ਜੀ ਮਿਲਦੀ ਆ ਅੱਜ ਵੀ ਲੋਕ ਜਿਹੜੇ ਸਾਡੇ ਕੋਈ ਨਗਾਂ ਤੇ ਵਿਸ਼ਵਾਸ ਕਰਦਾ ਹਾਂਜੀ ਬਿਲਕੁਲ ਕੋਈ ਰੁਦਰਾਖ ਦੀ ਮਾਲਾ ਪਾਈ ਫਿਰਦਾ ਬਿਲਕੁਲ ਕੋਈ ਧਨ ਲਕਸ਼ਮੀ ਯੰਤਰ ਵਰਤਦਾ ਫਿਰਦਾ ਹੋਰ ਕੁਛ ਨਹੀਂ ਤੇ ਅਸੀਂ ਮੰਦਰਾਂ ਵਿੱਚ ਜਿਵੇਂ ਕਹਿੰਦੇ ਸੀ ਕਿ ਚੜਾਵੇ ਚੜਾਓ ਤੇਲ ਚੜਦਾ ਹੈ ਦਾਲਾਂ ਚੜਦੀਆਂ ਨੇ ਅੱਜ ਗੁਰਦੁਆਰਿਆਂ ਵਿੱਚ ਵੀ ਉਹ ਸਿਸਟਮ ਫਿਰ ਤੋਂ ਲੋਕ ਫੋਲੋ ਕਰਨ ਲੱਗ ਗਏ ਨੇ ਕਿ ਮੰਦਰਾਂ ਦੀ ਜਗ੍ਹਾ ਤੇ ਗੁਰਦੁਆਰੇ ਵੀ ਗੁਰਦੁਆਰਿਆਂ ਨੇ ਲੈ ਲਈਆਂ ਸਾਡੀ ਮਾਨਸਿਕਤਾ ਵੇਖੋ ਨਾ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਜਿਸ ਮਾਲਕ ਦੇ ਅੱਗੇ ਚੜਾ ਰਹੇ ਹਾਂ ਹਾਂਜੀ ਉਹ ਮਾਲਕ ਸਾਡੇ ਦਿਲ ਦੀਆਂ ਜਾਣਦਾ ਹੈ ਬਿਲਕੁਲ ਕਿ ਉਹ ਇਹ ਨਹੀਂ ਜਾਣ ਰਿਹਾ ਵੀ ਸਿੱਖ ਆ ਗੁਰਦੁਆਰੇ ਰਿਹਾ ਆ ਹਾਂਜੀ ਪਰ ਇਹਦੇ ਮਗਰ ਕੰਮ ਕੋਈ ਪੰਡਿਤ ਕਰ ਰਿਹਾ ਬਿਲਕੁਲ ਦਾਲ ਚੜਾਈ ਜਾ ਰਹੀ ਹੈ ਕੀ ਗੁਰੂ ਇਸ ਬਾਰੇ ਨਹੀਂ ਜਾਣਦਾ ਬਿਲਕੁਲ ਛੋਲੇ ਚੜਾਏ ਜਾ ਰਹੇ ਆ ਬਲਕਿ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੀ ਇਸ ਗੱਲ ਚ ਦੋਸ਼ੀ ਆ ਉਹ ਸਟੇਜਾਂ ਤੋਂ ਇਹ ਨਹੀਂ ਪ੍ਰਚਾਰਨ ਦਿੰਦੀਆਂ ਬਿਲਕੁਲ ਵੀ ਸਾਨੂੰ ਛੋਲੇ ਜਾਂ ਤੇਲ ਚੜਾਉਣਾ ਚਾਹੀਦਾ ਜਾਂ ਨਹੀਂ ਚੜਾਉਣਾ ਚਾਹੀਦਾ ਉਹ ਪ੍ਰਚਾਰਕਾਂ ਨੂੰ ਆਖਦੇ ਵੀ ਤੁਸੀਂ ਇਹ ਗੱਲ ਨਾ ਬੋਲੋ ਬਿਲਕੁਲ ਸਾਡੇ ਨਾਲ ਬਕਾਇਦਾ ਇਹ ਕੁਝ ਹੁੰਦਾ ਰਿਹਾ ਹਾਂਜੀ ਖੈਰ ਮੈਂ ਅਰਜ਼ ਇਹ ਕਰਨੀ ਚਾਹੁੰਦਾ ਆ ਜਿਨ੍ਹਾਂ ਦਾ ਧਰਮ ਖਤਰੇ ਵਿੱਚ ਹੈ ਹਾਂਜੀ ਉਹਨਾਂ ਦੇ ਨਗਾਂ ਨੇ ਉਹਨਾਂ ਦਾ ਧਰਮ ਨਹੀਂ ਬਚਾਇਆ ਬਿਲਕੁਲ ਰੁਦਰਾਖ ਦੀ ਮਾਲਾ ਧਰਮ ਨਹੀਂ ਬਚਾ ਸਕੀ ਧਨ ਲਕਸ਼ਮੀ ਯੰਤਰ ਉਹਨਾਂ ਦੇ ਧਰਮ ਨਹੀਂ ਬਚਾ ਸਕੇ ਬਿਲਕੁਲ ਕਸ਼ਮੀਰੀ ਪੰਡਿਤ ਹੀ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਫਰਿਆਦ ਕਰਦੇ ਆ ਦੁਖੀ ਪੰਡਿਤ ਕਸ਼ਮੀਰ ਕੇ ਚੱਲ ਆਏ ਪੂਰੀ ਆਨੰਦ ਬਾਹ ਅਸਾਡੀ ਪਕੜੀ ਹੈ ਸ੍ਰੀ ਹਰਗੋਬਿੰਦ ਕੇ ਆਨੰਦ ਉਹ ਆ ਕੇ ਗੁਰੂ ਸਾਹਿਬ ਨੂੰ ਕਹਿ ਰਹੇ ਮਹਾਰਾਜ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਰੱਖਿਅਕ ਨਹੀਂ ਹਾਂਜੀ ਤੇ ਅਸੀਂ ਮੇਰਾ ਖਿਆਲ ਅੱਜ ਗੁਰੂ ਸਾਹਿਬ ਨੂੰ ਤਿਲਾਂਜਲੀ ਦੇ ਕੇ ਥਾਂ ਥਾਂ ਸਾਡੀ ਜ਼ਿੰਦਗੀ ਦੀ ਭਟਕਣਾ ਬਣਦੀ ਹੈ ਬਿਲਕੁਲ ਜਿਹੜੇ ਸਾਹਿਬ ਦੀ ਰਸਨਾ ਤੋਂ ਸ਼ਬਦ ਨਿਕਲੇ ਉਹਨੂੰ ਭੱਟ ਚਾਂਦ ਜੀ ਨੇ ਆਪਣੇ ਬੋਲਾਂ ਦੇ ਵਿੱਚ ਫਿਰ ਦਰਜ ਕੀਤਾ ਵੀ ਸਾਹਿਬ ਫਰਮਾ ਰਹੇ ਆ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਏ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀਏ ਹਜ਼ੂਰ ਦੇ ਚਰਨਾਂ 'ਚ ਆ ਜਾਣਾ
ਤੇ ਜਿਹਦੀ ਬਾਹ ਗੁਰੂ ਪਕੜ ਲੈ ਸੱਚ ਆ ਵੀ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰ ਵਧੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ ਅੱਜ ਸਾਡਾ ਫਰਜ਼ ਆ ਅਸੀਂ ਕਸ਼ਮੀਰੀ ਪੰਡਤਾਂ ਤੋਂ ਵੀ ਇਹ ਸੇਧ ਲਈਏ ਕਿ ਗੁਰੂ ਸਾਹਿਬ ਵਰਗਾ ਦੁਨੀਆਂ ਦੇ ਵਿੱਚ ਦੂਜਾ ਕੋਈ ਨਹੀਂ ਕੋਈ ਨਹੀਂ ਬਿਲਕੁਲ।